ਤੁਸੀਂ ਬਹੁਤ ਸਾਰੇ ਬੈਂਕ ਵੇਖੇ ਹੋਣਗੇ, ਕੋਈ ਕਰਜ਼ੇ ਦੇਣ ਦੀ ਗੱਲ ਕਰਦਾ ਹੈ, ਕੋਈ ਕ੍ਰੈਡਿਟ ਕਾਰਡ ਦੀ ਗੱਲ ਕਰਦਾ ਹੈ, ਪਰ ਅੱਜ ਅਸੀਂ ਤੁਹਾਨੂੰ ਅਜਿਹੇ ਬੈਂਕ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੂੰ ਸਰਕਾਰੀ ਮਾਨਤਾ ਤਾਂ ਨਹੀਂ, ਪਰ ਮਨੁੱਖਤਾ ਦੇ ਭਲੇ ਦੇ ਲਈ ਇਸ ਦਾ ਕਾਰਜ ਕਾਫੀ ਸ਼ਲਾਘਾਯੋਗ ਹੈ। ਬੁੰਦੇਲਖੰਡ ਦੇ ਪਿਛੜੇ ਜ਼ਿਲ੍ਹਾ ਮਹੋਬਾ ਵਿੱਚ ਭੁੱਖੇ ਲੋਕਾਂ ਤੱਕ ਭੋਜਨ ਪਹੁੰਚਾਉਣ ਦੀ ਇੱਕ ਅਨੋਖੀ ਮੁਹਿੰਮ ਸ਼ੁਰੂ ਹੋਈ ਹੈ। ਇਸ ਮੁਹਿੰਮ ਦਾ ਉਦੇਸ਼ ਭੋਜਨ ਦੇ ਅਧਿਕਾਰ ਨੂੰ ਅਮਲੀਜਾਮਾ ਪਹਿਨਾਉਣਾ ਹੈ। 40 ਨੌਜਵਾਨਾਂ ਵੱਲੋਂ ਚਲਾਈ ਜਾਣ ਵਾਲੀ ਇਸ ਮੁਹਿੰਮ ਦਾ ਨਾਂ ਹੈ ਰੋਟੀ ਬੈਂਕ, ਜਿਸ ਵਿੱਚ ਗਰੀਬ ਲੋਕਾਂ ਨੂੰ ਘਰ ਦਾ ਬਣਾਇਆ ਖਾਣਾ ਖਿਲਾਇਆ ਜਾਂਦਾ ਹੈ। ਇਸ ਸੰਗਠਨ ਨੇ ਇਸ ਮੁਹਿੰਮ ਦੀ ਸ਼ੁਰੂਆਤ ਭਿਖਾਰੀਆਂ ਅਤੇ ਰੇਲਵੇ ਸਟੇਸ਼ਨ ਉੱਤੇ ਵਿਖਾਈ ਦੇਣ ਵਾਲੇ ਗਰੀਬਾਂ ਦੇ ਨਾਲ ਕੀਤੀ ਸੀ, ਪਰ ਹੁਣ ਮਹੋਬਾ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਰੋਟੀ ਬੈਂਕ ਦੀ ਮੁਹਿੰਮ ਨੇ ਰਫ਼ਤਾਰ ਫੜ ਲਈ ਹੈ। ਭਾਵੇਂ ਹਸਪਤਾਲ ਦੇ ਬਾਹਰ ਗਰੀਬ ਮਰੀਜ਼ਾਂ ਦੇ ਕਰੀਬੀ ਹੋਣ, ਜਾਂ ਸੜਕ ਉੱਤੇ ਗਰੀਬ ਹੋਣ, ਜਾਂ ਫਿਰ ਰੇਲਵੇ ਸਟੇਸ਼ਨ ਉੱਤੇ ਲੋਕ ਜਾਂ ਝੁੱਗੀਆਂ ਝੋਪੜੀਆਂ ਵਿੱਚ ਰਹਿਣ ਵਾਲੇ ਲੋਕ, ਰੋਟੀ ਬੈਂਕ ਸਾਰਿਆਂ ਨੂੰ ਖਾਣਾ ਮੁਹੱਈਆ ਕਰਾਉਣ ਦੀ ਕੋਸ਼ਿਸ਼ ਵਿੱਚ ਲੱਗਿਆ ਹੋਇਆ ਹੈ। ਰੋਟੀ ਬੈਂਕ ਇੱਕ ਬੈਂਕ ਜੋ ਅਭੀ ਤੱਕ ਲੋਕ ਜਾਣਦੇ ਹੈ, ਉਹ ਜਿਸ ਮੇਂ ਪੈਸਾ ਜਮਾ ਕੀਆ ਜਾਤਾ ਹੈ, ਪੈਸੇ ਕਾ ਟ੍ਰਾਂਜੈਕਸ਼ਨ ਹੋਤਾ ਹੈ। ਇਸ ਬੈਂਕ ਮੇਂ ਰੋਟੀ ਕਾ ਟ੍ਰਾਂਜੈਕਸ਼ਨ ਹੋਤਾ ਹੈ, ਰੋਟੀ ਸਬਜ਼ੀ ਚਾਵਲ ਕਾ ਟ੍ਰਾਂਜੈਕਸ਼ਨ ਹੋਤਾ ਹੈ। ਇਹ ਇੱਕ ਅਲੱਗ ਤਰ੍ਹਾਂ ਕਾ ਬੈਂਕ ਹੈ ਔਰ ਇਸ ਕਾ ਮਕਸਦ ਯਹੀ ਹੈ ਕਿ ਹਮ ਚਾਹਤੇ ਹੈ ਕਿ ਕੋਈ ਵਿਅਕਤੀ ਭੂਖਾ ਨਾ ਸੋਏ, ਇਸੀ ਔਰ ਹਮ ਕੁਛ ਜੋ ਸਕਸ਼ਮ ਲੋਕ ਹੈ ਉਨ ਲੋਕੋਂ ਸੇ ਰੋਟੀ ਲੇਤੇ ਹੈ ਔਰ ਜੋ ਲੋਕ ਅਕਸ਼ਮ ਹੈ ਉਨ ਲੋਕੋਂ ਤੱਕ ਪਹੁੰਚਾਤੇ ਹੈ। ਹਮ ਉਸਕੋ ਕਲੈਕਟ ਕਰਕੇ ਗਰੀਬ ਯਤੀਮੋਂ ਔਰ ਮਿਸਕੀਨੋਂ ਮੇਂ ਡਿਸਟ੍ਰੀਬਿਊਟ ਕਰਤੇ ਹੈ। ਜਬ ਹਮ ਬਾਂਟਤੇ ਹੈ ਤੋ ਹਮੇਂ ਵੋ ਖੁਸ਼ੀ ਮਿਲਤੀ ਹੈ ਜੋ ਨਾ ਕਿਸੀ ਮੰਦਿਰ ਔਰ ਮਸਜਿਦ ਮੇਂ ਮਿਲਤੀ ਹੈ, ਵੋ ਜੋ ਮਾਨਵਤਾ ਹਿਊਮਨਿਟੀ ਕੇ ਲੀਏ ਵਰਕ ਕਰਨੇ ਮੇਂ ਖੁਸ਼ੀ ਮਿਲਤੀ ਹੈ, ਵੋ ਕਹੀਂ ਨਹੀਂ ਮਿਲਤੀ। ਇਸ ਮੁਹਿੰਮ ਦੇ ਵਰਕਰਾਂ ਦਾ ਕਹਿਣਾ ਹੈ ਕਿ ਸੰਗਠਨ ਨੇ ਸ਼ਹਿਰ ਨੂੰ 8 ਸੈਕਟਰਾਂ ਦੇ ਵਿੱਚ ਵੰਡਿਆ ਗਿਆ ਹੈ। ਹਰ ਸੈਕਟਰ ਤੋਂ ਇਕੱਠਾ ਕੀਤਾ ਗਿਆ ਖਾਣਾ ਇੱਕ ਸਾਂਝੀ ਜਗ੍ਹਾ ਉੱਤੇ ਇਕੱਠਾ ਕੀਤਾ ਜਾਂਦਾ ਹੈ ਅਤੇ ਉਸ ਤੋਂ ਬਾਅਦ ਵਰਕਰਾਂ ਵੱਲੋਂ ਇਸ ਨੂੰ ਜ਼ਰੂਰਤਮੰਦਾਂ ਵਿੱਚ ਵੰਡ ਦਿੱਤਾ ਜਾਂਦਾ ਹੈ। ਉਧਰ ਲੋਕਾਂ ਨੇ ਖਾਸ ਕਰ ਇਸ ਮੁਹਿੰਮ ਤੋਂ ਲਾਭ ਲੈਣ ਵਾਲਿਆਂ ਵਿੱਚ ਵੀ ਇਸ ਨੂੰ ਲੈ ਕੇ ਕਾਫ਼ੀ ਉਤਸ਼ਾਹ ਪਾਇਆ ਜਾ ਰਿਹਾ। ਐਸਾ ਹੈ ਕਿ ਹਮਾਰੀ ਜੋ ਬੁੰਦੇਲਖੰਡ ਹੈ ਔਰ ਬੁੰਦੇਲਖੰਡ ਮੇਂ ਖਾਸਕਰ ਮਹੋਬਾ, ਯਹਾਂ ਪੇ ਬਹੁਤ ਹੀ ਜ਼ਿਆਦਾ ਬੇਰੁਜ਼ਗਾਰੀ ਹੈ ਔਰ ਯਹਾਂ ਪੇ ਜੋ ਕਲੋਨੀਆਂ ਬਨੀ ਹੈ ਵਹਾਂ ਪੇ ਬਹੁਤ ਐਸਾ ਗਰੀਬ ਤਬਕਾ ਹੈ ਜਿਨਕੋ ਦੋ ਵਕਤ ਕੀ ਰੋਟੀ ਮੁਸੱਵਰ ਨਹੀਂ ਹੈ। ਉਸ ਮੇਂ ਲੀਜੀਏ ਉਨਕੇ ਲੀਏ ਯੇ ਹਮਲੋਗ ਕੀ ਤਰਫ ਸੇ ਇੱਕ ਕੰਟ੍ਰਿਬਿਊਸ਼ਨ ਹੈ ਕਿ ਜੋ ਉਨਕੋ ਕਮ ਸੇ ਕਮ ਹਮਲੋਗ ਦੇ ਸਕੇ। ਰੋਟੀ ਬੈਂਕ ਹਮਾਰੇ ਮਹੋਬਾ ਮੇਂ ਚਲਤੀ ਹੈ ਤੋ ਹਮਲੋਗ ਉਸ ਮੇਂ ਯੇ ਦੋ ਰੋਟੀ ਆਪਣੀ ਤਰਫ ਸੇ ਦੇਤੇ ਹੈ ਜੋ ਇੱਕ ਤਰ੍ਹਾਂ ਕੀ ਕਿਸ਼ਤ ਹੈ ਜੋ ਹਮਲੋਗ ਆਪਣੀ ਤਰਫ ਸੇ ਦੇਤੇ ਹੈ ਔਰ ਵੋ ਗਰੀਬ ਲੋਗੋ ਕੇ ਲੀਏ ਜਾਤੀ ਹੈ। ਕੋਈ ਸ਼ਹਿਰ ਮੇਂ ਭੂਖਾ ਨਾ ਰਹੇ, ਕੋਈ ਸ਼ਹਿਰ ਮੇਂ ਭੂਖਾ ਨਾ ਰਹੇ ਸੋਈ। ਹਮਾਰੇ ਰੋਟੀ ਬੈਂਕ ਜੋ ਕਾਰਯਕਰਤਾ ਹੈ ਬੁੰਦੇਲੀ ਸਮਾਜ ਕੇ, ਜੋ ਮੈਂਟਲ ਡਿਸਆਰਡਰਡ ਹੈ, ਕੁਛ ਬੀਮਾਰ ਹੈ, ਕੁਛ ਕਾਲੋਨੀਓ ਮੇਂ ਰਹੇ ਤੋ ਉਨ ਤੱਕ ਖਾਣਾ ਨਹੀਂ ਪਹੁੰਚਤਾ। ਆਪਣੇ ਸ਼ਹਿਰ ਮਾਓਬਾ ਕੋ 6 ਜੋਨੋ ਮੇਂ ਬਾਂਟ ਰੱਖਾ ਹੈ। ਅਬ ਬੈਂਕ ਰੋਟੀ ਚਲੀ ਗਈ, ਜਬ ਸੇ ਭੂਖੇ ਨਹੀਂ ਸੋਤੇ। ਭੂਖੇ ਨਹੀਂ ਸੋਤੀ ਹੋ? ਕਿਤਨੀ ਡਿਊਟੀ ਮਿਲਤੀ ਹੈ ਆਪਕੋ ਖਾਣੇ ਕੇ ਲੀਏ? 15। ਔਰ ਪੇਟ ਭਰ ਜਾਤਾ ਹੈ? ਜੀ। ਕਿਤਨੇ ਲੋਕ ਹੈ ਆਪਕੇ ਘਰ ਮੇਂ? 8 ਲੋਕ। ਸਭੀ ਕਾ ਪੇਟ ਭਰ ਜਾਤਾ ਹੈ? ਜੀ। ਤੋ ਖੁਸ਼ ਹੈ ਆਪ ਇਸ ਬੈਂਕ ਸੇ? ਜੀ। ਇਸ ਅਨੋਖੇ ਰੋਟੀ ਬੈਂਕ ਨੂੰ ਬੁੰਦੇਲੀ ਸਮਾਜ ਦੇ ਬਜ਼ੁਰਗ ਲੋਕਾਂ ਨੇ ਸ਼ੁਰੂ ਕੀਤਾ ਸੀ, ਜਿਸ ਨੂੰ ਕਿ ਹੁਣ ਕਈ ਲੋਕਾਂ ਦਾ ਸਮਰਥਨ ਪ੍ਰਾਪਤ ਹੋ ਰਿਹਾ ਹੈ। ਇਸ ਤੋਂ ਇਲਾਵਾ ਕੁਝ ਹਲਵਾਈਆਂ ਵੱਲੋਂ ਵੀ ਇਸ ਸੰਗਠਨ ਦੀ ਸਹਾਇਤਾ ਕੀਤੀ ਜਾਂਦੀ ਹੈ। ਲੋਕਾਂ ਦੀ ਸਹਾਇਤਾ ਨਾਲ ਅਜਿਹੀਆਂ ਮੁਹਿੰਮਾਂ ਨਾਲ ਜਿੱਥੇ ਗਰੀਬਾਂ ਦਾ ਭਲਾ ਹੁੰਦਾ ਹੈ, ਉੱਥੇ ਹੀ ਕੀਮਤੀ ਖਾਣਾ ਬਰਬਾਦ ਹੋਣ ਨਾਲੋਂ ਕਿਸੇ ਬੇਸਹਾਰਿਆਂ ਦਾ ਢਿੱਡ ਵੀ ਭਰਦਾ ਹੈ। ਬਿਊਰੋ ਰਿਪੋਰਟ, ਡੈਨ ਨਾਈਟ ਨਿਊਜ਼। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਕਿਤੇ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦਿਖਾਂਗੇ ਯੂਟਿਊਬ ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।